ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੀਆਂ ਸਹੀ ਸੰਗਤਾਂ ਨੂੰ ਬੇਨਤੀ ਕਰ ਰਿਹਾ ਵਾਂ, ਜਿੰਨੇ ਬਾਹਰਲੇ ਮੁਲਕ ਦੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਾਂ, ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰਦਾ ਵਾਂ ਕਿ ਆਹ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਬੇਸ ਵੀ ਹੋਈ ਆ, ਇਹਦਾ ਆਪਾਂ ਪਤਾ ਲਾਉਣਾ ਵਾ ਵੀ ਕਿੰਨੇ ਕੀਤੀ ਆ, ਕਿੰਨੇ ਕਰਾਈ ਆ, ਉਹ ਸਿਹਰਾ ਕਿਹਦੇ ਸਿਰ 'ਤੇ ਵੱਜਦਾ ਵਾ, ਬਾਦਲ ਕੇ ਸਿਰ 'ਤੇ ਵੱਜਦਾ ਜਾਂ ਕਮੇਟੀ ਵਾਲਿਆਂ ਸਿਰ 'ਤੇ ਵੱਜਦਾ ਵਾ। ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ, ਇਹਨਾਂ ਨੇ ਬਹੁਤ ਬੇਅਦਬੀਆਂ ਕਰਾਈਆਂ। ਜਿਹੜੇ ਆਪਣੇ ਪ੍ਰੇਮੀ ਸੀ ਨਾ ਸਰਸਾ ਵਾਲੇ ਦੇ ਬੰਦੇ, ਉਹਨਾਂ ਨੂੰ ਫੇਰ ਦੇ ਕੇ ਪੈਸੇ, ਇਹਨਾਂ ਨੇ ਇੰਨੀਆਂ ਬੇਅਦਬੀਆਂ ਕਰਾਈਆਂ, ਇੰਨਾ ਕੁਝ ਕਰਾਇਆ, ਇਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਆ। ਬਾਦਲ ਕੇ ਪਰਿਵਾਰ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਮਤਲਬ ਇਹਨਾਂ ਨੇ ਰਾਜ ਕਾਇਮ ਕਰਨ ਵਾਸਤੇ ਇਹ ਲੋਕਾਂ ਨੂੰ ਕੀ ਕਰਦੇ ਸੀ ਵੀ ਬੇਅਦਬੀ ਕਰਾ ਦਿੰਦੇ ਸੀ, ਸੰਗਤਾਂ ਸਾਰੀਆਂ ਨਾਲ ਜੁੜ ਜਾਂਦੀਆਂ, ਵੋਟਾਂ ਇਹਨਾਂ ਨੂੰ ਪੱਕੀਆਂ ਸੀ। ਇਹ 10 ਸਾਲਾਂ ਦੇ ਵਿੱਚ ਕਿੰਨੀ ਇਹਨਾਂ ਨੇ ਬੇਅਦਬੀ ਕੀਤੀ, ਇਹਨਾਂ 10 ਸਾਲ ਰਾਜ ਕੀਤਾ, ਇਹ ਬਹੁਤ ਇਹਨਾਂ ਨੇ ਮਾੜੇ ਕੰਮ ਕੀਤੇ, ਹੋਰ ਵੀ ਜ਼ਿਆਦਾ ਬੱਸਾਂ 'ਚ ਸੁੱਟ ਸੁੱਟ ਕੇ ਕੁੜੀਆਂ ਦੀਆਂ ਬੇਅਦਬੀਆਂ ਕੀਤੀਆਂ, ਇਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਹੋਇਆ। ਤੁਹਾਨੂੰ ਪਤਾ ਨਾ ਇਹ ਕਾਲਾ ਕਾਨੂੰਨ ਇਹਨਾਂ ਦੇ ਸਾਰੇ, ਆਪਾਂ ਇਹਨਾਂ ਦੇ ਲਾਗੇ ਨਹੀਂ ਆਉਣਾ, ਇਹਨਾਂ ਨੇ ਵੋਟਾਂ ਨਹੀਂ ਪਾਉਣੀਆਂ, ਇਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਆ। ਇਹ ਜਿਹੜੇ ਕਮੇਟੀ ਵਾਲਿਆਂ ਨੇ ਜਦੋਂ ਇੱਥੇ ਅਨੰਦਪੁਰ ਸਾਹਿਬ ਬੇਅਦਬੀ ਹੋਈ ਆ, ਕਮੇਟੀ ਵਾਲਿਆਂ ਨੇ ਕੋਈ ਚਪੇੜ ਨਹੀਂ ਮਾਰੀ, ਉਹ ਬੰਦਾ ਇਹਨਾਂ ਦਾ ਖਰੀਦਿਆ ਸੀ ਵੀ ਇਹ ਵੋਟਾਂ ਸੰਗਤਾਂ ਦੇ ਨਾਲ ਜੁੜਨਗੀਆਂ, ਨਾਲ ਜੁੜਨਗੀਆਂ ਤੇ ਵੋਟਾਂ ਸਾਡੀਆਂ ਕਾਇਮ ਆ। ਇਹ ਬਾਦਲ ਕੇ ਦੇ ਨਾਲ ਕਮੇਟੀ ਲੜੀ ਹੋਈ ਆ, ਸਾਰੇ ਤੁਸੀਂ ਰਲ ਮਿਲ ਕੇ ਸਾਰੀਆਂ ਸੰਗਤਾਂ ਨੂੰ ਮਿਲ ਕੇ ਇਹ ਬੇਨਤੀ ਆ ਵੀ ਇਹਦਾ ਪਤਾ ਲਾਉਣਾ ਚਾਹੀਦਾ ਵੀ ਕਿਹਦੇ ਸਿਰ 'ਤੇ ਸਿਹਰਾ ਵੱਜਦਾ ਵਾ, ਇਹ ਬਾਦਲ ਕੇ ਸਿਰ 'ਤੇ ਸਿਹਰਾ ਵੱਜਦਾ ਵਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕਿ ਕਮੇਟੀ ਵਾਲਿਆਂ ਨੇ ਵੱਜਦਾ ਵਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।